ਯੂਰਪ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸਤਵਿੰਦਰ ਮਿਆਣੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਭਾਰਤ ਸਰਕਾਰ ਦਾ ਜਿਨ੍ਹਾਂ ਦੇ ਨਿਸ਼ਚਿਤ ਦਿਸ਼ਾ ਨਿਰਦੇਸ਼ਾਂ ਹੇਠ ਭਾਰਤੀ ਐਮਬੈਸੀ ਰੂਮ ਔਰ ਸੀਜੀ ਦਫ਼ਤਰ ਮਿਲਾਨ ਵੱਲੋਂ ਭਾਰਤੀ ਪ੍ਰਵਾਸੀਆਂ ਨੂੰ ਨਿਵਾਸ ਅਗਿਆ ਪ੍ਰਾਪਤ ਕਰਨ ਲਈ ਪਾਸਪੋਰਟ ਜਾਰੀ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ प्यारे दोस्तों मैं ਤੁਹਾਨੂੰ ਦੱਸਣਾ ਚਾ ਰਿਹਾ ਕਿ ਪਾਸਪੋਰਟ ਐਪਲੀਕੇਸ਼ਨ ਦਾ ਇਸ ਵਰੀ ਇੱਕ ਅਲੱਗ ਜਿਹਾ ਤਰੀਕਾ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਜਿਹੜੀ ਹੈ ਉਹ ਇਟਲੀ ਵਿੱਚ ਵੀ ਬਹੁਤ ਫੈਲੀ ਸੀ ਔਰ ਅਜੇ ਤੱਕ ਵੀ ਇਸ ਦਾ ਕਾਫੀ ਡਰ ਹੈ ਜਿਸ ਨੂੰ ਦੇਖਦੇ ਹੋਏ ਬਹੁਤ ਸਾਰੇ ਦਫ਼ਤਰ ਜਿਹੜੇ ਸਰਕਾਰੀ ادارے ਉਹ ਬੰਦ ਹਨ ਔਰ ਜਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਚੱਲ ਰਹੇ ਹਨ ਪਰ ਸਰਕਾਰ ਔਰ ਭਾਰਤੀ ਐਮਬੈਸੀ ਵੱਲੋਂ ਇਹ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਕਿ ਸਰਕਾਰੀ ਹਦਾਇਤਾਂ ਔਰ ਨਿਰਦੇਸ਼ਾਂ ਦਾ ਸਿਹਤ ਵਿਭਾਗ ਜੋ ਜਾਰੀ ਕੀਤੇ ਹਨ ਉਹਨਾਂ ਦਾ ਪਾਲਣ ਵੀ ਰੱਖਿਆ ਜਾਵੇ ਔਰ ਸਾਡੇ ਜਿੰਨੇ ਭਾਰਤੀ ਨਾਗਰਿਕ ਜੋ ਇੱਥੇ ਕੱਚੇ ਹਨ ਅਗਰ ਉਹਨਾਂ ਨੂੰ ਨਿਵਾਸ ਆਗਿਆ ਇੱਥੇ ਦੀ ਪ੍ਰਾਪਤ ਕਰਨੀ ਹੈ ਜਿਨ ਪਰਮੈਸਰ ਦੀ ਸਜੋਰ ਨੂੰ ਤੇ ਉਹਨਾਂ ਨੂੰ ਪਾਸਪੋਰਟ ਵੀ ਮੁਹੰਈਆ ਕੀਤੇ ਜਾਣ ਔਰ ਇੱਕ ਬਹੁਤ ਹੀ ਵਧੀਆ ਤਰੀਕਾ ਕੱਢਿਆ ਗਿਆ ਹੈ ਕਿ ਸਾਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਉਹ ਭਾਰਤ ਸਰਕਾਰ ਵੱਲੋਂ ਸਾਈਟ ਵਿਦੇਸ਼ ਮੰਤਰਾਲੇ ਦੀ ਸਾਈਟ ਉੱਪਰ ਔਰ CGI ਮਿਲਾਨ ਔਰ ਅੰਬੈਸੀਰੀਆਂ ਫੇਸਬੁੱਕ ਪੇजेस ਉੱਪਰ ਵੀ ਅਵੇਲੇਬਲ ਕਰਵਾ ਦਿੱਤੀ ਗਈ ਹੈ ਇੱਕ ਹੋਰ ਬਹੁਤ ਵਧੀਆ ਗੱਲ ਹੈ ਕਿ ਇਹ ਜਿਹੜੀ ਜਾਣਕਾਰੀ ਹੈ ਉਹ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਵਿੱਚ ਡਿਟੇਲ ਦੇ ਵਿੱਚ ਯਾਰੀ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਨੂੰ ਵੀ ਲੈਂਗੁਏਜ ਨਾਲ ਸੰਬੰਧਿਤ ਪ੍ਰੋਬਲਮ ਨਾ ਆ ਜਾਵੇ ਹੁਣ ਤੁਸੀਂ ਕਰਨਾ ਕੀ ਹੈ ਕਿਉਂਕਿ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਪੋਸਟ ਵਿਭਾਗ ਦੀ ਸਹਿਤਾ ਲੈਂਦੇ ਹੋਏ ਜਿਹੜੇ ਆਪਣੇ ਸਾਰੇ ਵੀਰ ਨੇ ਉਹਨਾਂ ਨੂੰ ਪਾਸਪੋਰਟ ਅਪਲਾਈ ਕਰਨ ਲਈ ਕੀਤਾ ਹੈ ਤਾਂ ਕਿ ਉਹਨਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾਏ ਕਿਉਂਕਿ ਅਗਰ ਉਹ ਰੋਮ ਆਂਦੇ ਨੇ ਮਿਲਾਨ ਆਂਦੇ ਨੇ ਤੇ ਉਹਨਾਂ ਦੀ ਸਿਹਤ ਨੂੰ ਕਿਸੇ ਤਰ੍ਹਾਂ ਨੁਕਸਾਨ ਨਾ ਹੋਵੇ ਵਾਇਰਸ ਦਾ ਬਹੁਤ ਜ਼ਿਆਦਾ ਡਰ ਹੈ ਮੈਂ ਆਪਣੀ ਆਵਾਜ਼ ਦੇ ਜ਼ਰੀਏ ਤੁਹਾਡੇ ਤੱਕ ਇਹ ਸਾਰੀਆਂ ਹਦਾਇਤਾਂ ਜੜੀਆਂ ਪਹੁੰਚਾਉਣਾ ਚਾਹੁੰਦਾ ਹਾਂ ਸੋ ਪਿਆਰੇ ਵੀਰੋ ਇਸ ਵਾਰੀ ਜੋ ਪਾਸਪੋਰਟ ਨੇ ਆਨਲਾਈਨ ਫਾਰਮ ਹੀ ਭਰੇ ਜਾਣਗੇ ਸੋ ਮੇਰੇ ਵੀਰ ਜਿਹੜੀ ਸਾਈਟ ਉੱਪਰ ਲਿਖੀ ਹੈ ਉਹਦੇ ਉੱਪਰ ਜਾ ਕੇ ਆਨਲਾਈਨ ਐਪਲੀਕੇਸ਼ਨ ਕਰਨੀ ਹੈ ਪਰ ਆਪਾਂ ਨੂੰ ਐਪਲੀਕੇਸ਼ਨ ਭਰਨ ਲਗਾ ਬਹੁਤ ਹੀ ਖਿਆਲ ਰੱਖਣਾ ਪਏਗਾ ਕਿਉਂਕਿ ਇਹ ਤੁਹਾਡੀ ਇੱਕ ਗਲਤੀ ਦੇ ਨਾਲ ਤੁਹਾਡੇ ਫਾਰਮ ਦੇ ਵਿੱਚ ਇੱਕ ਗਲਤੀ ਦੇ ਨਾਲ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ ਹਨ ਜਾਂ ਤੁਹਾਨੂੰ ਪਾਸਵਰਡ ਮਿਲਣ ਦੇ ਵਿੱਚ ਦੇਰੀ ਹੋ ਸਕਦੀ ਹੈ ਸੋ ਸਭ ਤੋਂ ਪਹਿਲਾਂ ਇਹ ਹੀ ਚੀਜ਼ ਹੈ ਕਿ ਸਿਸਾਵਧਾਨੀ ਦੇ ਨਾਲ ਫਾਰਮ ਭਰਦੇ ਹੋਏ ਉਸ ਵਿੱਚ ਕੋਸ਼ਿਸ਼ ਕਰਨੀ ਹੈ ਕਿ ਕੋਈ ਵੀ ਗਲਤੀ ਨਾ ਕੀਤੀ ਜਾਵੇ ਆਮ ਤੌਰ ਤੇ ਫਾਰਮ ਦੇ ਜੋ ਉਚਾਰ ਪੇਜ ਹੁੰਦੇ ਹਨ ਪਾਸਪੋਰਟ ਅਰਜੀ ਫਾਰਮ ਵਿੱਚ ਉਹੀ ਵੇਰਵੇ ਭਰੇ ਜਾਂਦੇ ਜੋ ਤੁਹਾਡੇ ਪੁਰਾਣੇ ਪਾਸਪੋਰਟ ਵਿੱਚ ਹਨ ਭਾਵੇਂ ਕਿ ਅਗਰ ਜੋ ਤੁਹਾਡਾ ਅਗਰ ਤੁਹਾਡਾ ਪਹਿਲਾ ਪਾਸਪੋਰਟ ਬਣਿਆ ਸੀ ਜਾਂ ਗੁੰਮ ਹੋ ਗਿਆ ਸੀ ਪਰ ਉਸ ਦੇ ਵਿੱਚ ਜੋ ਵੇਰਵੇ ਹਨ ਉਹੀ ਐਮਬੈਸੀ ਨੂੰ ਅਪਲਾਈ ਕਰਵਾਏ ਜਾਂਦੇ ਪਾਸਪੋਰਟ ਆਨਲਾਈਨ ਹੀ ਅਪਲਾਈ ਹੋਏਗਾ ਔਰ ਇਸ ਦੇ ਲਈ ਜੋ ਸਾਈਟ ਤੁਸੀਂ ਦੇਖ ਰਹੇ ਹੋ ਲਿਖੀ ਹੈ ਪੰਜਾਬੀ ਹਿੰਦੀ ਔਰ ਇੰਗਲਿਸ਼ ਦੇ ਵਿੱਚ ਜੋ ਲਿਖੀ ਹੈ ਕਿਮਨਾ ਲੈਂਗੁਏਜ ਦੇ ਵਿੱਚ ਇਹ ਸਾਈਟ ਦਿੱਤੀ ਗਈ ਹੈ ਉੱਤੇ ਜਾ ਕੇ ਆਪਣਾ ਜੋ ਫਾਰਮ ਹੈ ਉਸ ਨੂੰ ਭਰੋ ਤੇ ਇਸ ਦਾ ਪ੍ਰਿੰਟ ਜਿਹੜਾ ਹੈ ਉਹ ਲਿਆ ਜਾਵੇ ਫਾਰਮ ਨੂੰ ਬਹੁਤ ਹੀ ਸਾਵਧਾਨੀ ਨਾਲ ਭਰਨਾ ਹੈ ਔਰ ਫਾਰਮ ਦੇ 4 ਪੇਜ ਹੁੰਦੇ ਹਨ ਪਾਸਪੋਰਟ ਅਰਜੀ ਫਾਰਮ ਵਿੱਚ ਸਿਰਫ ਉਹ ਹੀ ਵੇਰਵੇ ਭਰੇ ਜਾਣੇ ਚਾਹੀਦੇ ਹਨ ਜੋ ਪੁਰਾਣੇ ਪਾਸਪੋਰਟ ਵਿੱਚ ਹਨ ਭਾਵੇਂ ਜੋ ਤੁਹਾਡਾ ਪੁਰਾਣਾ ਬਾਇਓ ਡਾਟ ਹੈ ਉਹ ਹੀ ਤੁਸੀਂ ਦੇਣਾ ਹੈ ਇਹ ਕੋਸ਼ਿਸ਼ ਕਰਨੀ ਹੈ ਕਿ ਕੋਈ ਨਵੀਂ ਚੀਜ਼ ਨਾ ਹੀ ਦਿੱਤੀ ਜਾਏ ਤਾਂ ਕਿ ਤੁਹਾਨੂੰ ਆਸਾਨੀ ਦੇ ਨਾਲ ਪਾਸਪੋਰਟ ਉਹ ਜਿਹੜਾ ਮਿਲ ਸਕੇ ਜੇ ਤੁਸੀਂ ਵੀਰਵੀ ਵਿੱਚ ਕੋਈ ਫੇਰ ਬਦਲ ਕਰਨਾ ਚਾਹੁੰਦੇ ਹੋ ਕੋਈ ਚੀਜ਼ ਚੇਂਜ ਕਰਦੇ ਤੁਹਾਨੂੰ ਉਸ ਚੀਜ਼ ਦਾ ਪ੍ਰੂਫ ਨਾਲ ਲਗਾਉਣਾ ਪਏਗਾ ਕਿ ਕਿਉਂ ਕਰ ਰਹੇ ਹੋ ਜਾਂ ਉਸ ਦੀ ਉਸ ਦੇ ਨਾਲ ਰਿਲੇਟਡ ਜਿਹੜਾ ਡਾਕੂਮੈਂਟ ਹੈ ਉਹ ਮੇਰੇ ਵੀਰੋ ਤੁਸੀਂ ਜ਼ਰੂਰ ਲਗਾਉਣਾ ਹੈ ਤੁਸੀਂ ਆਪਣੇ ਨਾਮ ਤੇ ਸਰਨਾਮ ਨੂੰ ਵੱਖ ਕਰ ਸਕਦੇ ਹੋ ਪਰ ਉਸ ਨੂੰ ਤੁਸੀਂ ਆਪਣਾ ਨਾਮ ਨਹੀਂ ਬਦਲ ਸਕਦੇ ਕਹਿੰਦਾ ਮਤਲਬ ਕਿ ਤੁਸੀਂ ਆਪਣਾ ਨਾਮ ਅਗਰ ਸਤਵਿੰਦਰ ਸਿੰਘ ਹੈ ਤੇ ਉਹਨੂੰ ਹੋਰ ਕੋਈ ਨਹੀਂ ਰੱਖ ਸਕਦੇ ਹਾਂ ਤੁਸੀਂ ਆਪਣਾ ਨਾਮ ਸਰਨਾਮ ਉਹ ਤੁਸੀਂ ਲੱਗ ਕਰਕੇ ਲਿਖ ਸਕਦੇ ਹੋ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਥੇ ਬਹੁਤ ਸਾਰੇ ਕਮੂਨਿਆਂ ਵੱਲੋਂ ਨੇਮ ਸਰਨੇਮ ਦੀ ਪ੍ਰੋਬਲਮ ਆਂਦੀ ਹੈ ਸੋ ਤੁਹਾਡੀ ਪ੍ਰੋਬਲਮ ਮੁੱਢ ਤੋਂ ਹੀ ਉਹ ਜਿਹੜੀ ਹੈ ਉਹ ਠੀਕ ਹੋ ਜਾਏਗੀ ਜੋ ਤੁਸੀਂ ਐਪਲੀਕੇਸ਼ਨ ਵੀਰੋ ਪੜੋਗੇ ਉਸ ਵਿੱਚ ਪਹਿਲੇ ਤੇ ਆਖਰੀ ਪੇਜ ਉੱਪਰ ਇੱਕ ਡੱਬਾ ਬਣਿਆ ਹੈ ਉੱਥੇ ਤੁਸੀਂ ਆਪਣੇ ਜੋ ਸਾਈਨ ਨੇ ਉਹ ਕਰਨੇ ਹਨ ਔਰ ਸਾਈਨ ਕਰਨ ਲੱਗਿਆ ਨੀਲੇ ਜਾਂ ਕਾਲੇ ਨਾਲ ਹੀ ਕਰਨੇ ਹਨ ਔਰ ਚੰਗੀ ਤਰ੍ਹਾਂ ਸਾਈਨ ਜਿਹੜੇ ਗੂੜੇ ਹੋਣ ਚਾਹੀਦੇ ਤਾਂ ਕਿ ਜੇ ਤੁਸੀਂ ਸਕੈਨ ਅੰਬੈਸੀ ਨੂੰ ਭੇਜੋ ਜਾਂ ਪੇਪਰਾਂ ਦੀ ਜੋ ਵੀ ਤੁਹਾਡੇ ਕੋਲ ਕਾਪੀ ਪ੍ਰਿੰਟ ਕਰਵਾਓ ਔਰ ਉਹ ਬਿਲਕੁਲ ਸਹੀ ਹੋਵੇ ਇਹ ਦੂਸਰੀ ਗੱਲ ਹੈ ਕਿ ਜਿਹੜੇ ਤੁਹਾਡੇ ਸਾਈਨ ਨੇ ਉਹ ਪੁਰਾਣੇ ਪਾਸਪੋਰਟ ਦੇ ਸਾਈਨਾਂ ਦੇ ਨਾਲ ਮਿਲਦੇ ਹੋਣੇ ਚਾਹੀਦੇ ਹਨ ਅਗਰ ਤੁਸੀਂ ਆਪਣੇ ਸਾਈਨ ਬਦਲਣਾ ਚਾਹੁੰਦੇ ਹੋ ਤੇ ਪਹਿਲੇ ਪੰਨੇ ਦੇ ਉੱਪਰ ਤੁਸੀਂ ਆਪਣੇ ਨਵੇਂ ਸਾਈਨ ਕਰ ਸਕਦੇ ਹੋ ਔਰ ਲਾਸਟ ਪੰਨੇ ਦੇ ਉੱਪਰ ਆਖਰੀ ਪੇਜ ਹੈ ਜਿਹੜਾ ਚੌਥਾ ਪੇਜ ਹੈ ਉਹਦੇ ਨਵੇਂ ਤੇ ਪੁਰਾਣੇ ਦੋਨੋਂ ਸਾਈਨ ਕਰਕੇ ਤੁਸੀਂ ਭੇਜ ਸਕਦੇ ਹੋ ਨਵੇਂ ਅਕਸ਼ਰ ਖਾਨੇ ਵਿੱਚ ਅਤੇ ਪੁਰਾਣੇ ਅਕਸ਼ਰ ਖਾਨੇ ਤੋਂ ਬਾਹਰ ਕਰਨੇ ਸੋ ਵੀਰੋ ਅੱਗੇ ਗੱਲ ਆ ਜਾਂਦੀ ਹੈ ਫੋਟੋਆਂ ਦੀ ਤੁਹਾਨੂੰ ਤਿੰਨ ਰੰਗीन ਫੋਟੋਆਂ ਦੀ ਲੋਡ ਹੋਏਗੀ ਜਿਹਦੇ ਵਿੱਚ ਦੋ ਫੋਟੋਆਂ ਜੜੀਆਂ ਨੇ ਉਹ ਤੁਸੀਂ ਇੱਕ ਪਹਿਲੇ ਪੰਨੇ ਦੇ ਉੱਤੇ ਲਾਣੀ ਹੈ ਅਤੇ ਦੂਸਰੀ ਫੋਟੋ ਜਿਹੜੀ ਹੈ ਉਹ ਚੌਥੇ ਪਾਪ ਕੇ ਆਖਰੀ ਪੰਨੇ ਦੇ ਉੱਤੇ ਲਾਣੀ ਹੈ ਇੱਕ ਫੋਟੋ ਜਿਹੜੀ ਹੈ ਬਿਨਾਂ ਕਿਸੇ ਲਾਇਆ ਹੀ ਤੁਸੀਂ ਐਪਲੀਕੇਸ਼ਨ ਦੇ ਨਾਲ ਜਿਹੜੀ ਹੈ ਉਹ ਭੇਜ ਦੇਣੀ ਹੈ ਜਦੋਂ ਪੋਸਟ ਆਫਿਸ ਤੇ ਜਾਣਾ ਹੈ ਤੇ ਉਹ ਵੀ ਫੋਟੋ ਨਾਲ ਭੇਜ ਦੇਣੀ ਹੈ ਇਹ ਫੋਟੋਆਂ ਹੀ ਦਿਖਣੀਆਂ ਕਿ ਜਿਆਦਾ ਪੁਰਾਣੀਆਂ ਨਾ ਹੋਣ ਅਗਰ ਉਮਰ ਦੀ ਗੱਲ ਹੈ ਕਈ ਵਾਰੀ ਉਮਰ ਦੇ ਨਾਲ ਜਾਂ ਕਿਸੇ ਹੋਰ ਡਿਸੀਜ਼ ਦੇ ਨਾਲ ਬੰਦੇ ਦੀ ਇਹ ਫੋਟੋ ਦੇ ਵਿੱਚ ਕਾਫੀ ਬਦਲਾਅ ਆ ਜਾਂਦਾ ਹੈ ਤੇ ਉਸ ਸਥਿਤੀ ਵਿੱਚ ਤੁਹਾਨੂੰ ਹੱਥ ਦੇ ਨਾਲ ਲਿਖ ਕੇ ਹਲਫੀਆ ਬਿਆਨ ਦੇਣਾ ਪਏਗਾ ਕਿ ਵੀ ਮੇਰੀ ਇਹ ਫੋਟੋ ਦੇ ਵਿੱਚ ਇੰਨਾ ਫਰਕ ਕਿਉਂ ਹੈ ਅਗਰ ਤੁਹਾਡੇ ਕੋਲ ਪਾਸਪੋਰਟ ਹੈ ਤਾਂ origignal ਪਾਸਪੋਰਟ ਦੀਆਂ ਕਾਪੀਆਂ ਤੁਸੀਂ ਨਾਲ ला ਸਕਦੇ ਹੋ ਪਤਾ ਵੀਰਵਾ ਸਾਰਾ ਉਧਰ ਲਿਖ ਕੇ ਉਹ ਉਹਦੇ ਵਿੱਚ ਭਰੋ ਵੀ ਔਰ ਉਹਨਾਂ ਨੂੰ ਸਾਰੀਆਂ ਉਹਦੀਆਂ ਕਾਪੀਆਂ ਨੇ ਭੇਜੋ ਜੇਕਰ ਤੁਸੀਂ ਕਿਸੇ ਇਹ ਵੀ ਚੀਜ਼ ਦੱਸਣੀ ਹੈ ਕਿ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਜਾਂ ਕਿਸੇ ਹੋਰ ਦੇਸ਼ ਦਾ ਪਾਸਪੋਰਟ ਜਾਂ ਹੋਰ ਦਸਤਾਵੇਜ਼ ਪ੍ਰਾਪਤ ਨਹੀਂ ਕੀਤੇ ਤਾਂ ਇਹ ਨਾ ਹੀ ਤੁਸੀਂ ਕਿਸੇ ਅਪਰਾਧਿਕ ਕੇਸ ਦੇ ਵਿੱਚ ਤੁਸੀਂ ਇਨਵੋਲਵ ਸੀ ਇਹ ਤੁਹਾਨੂੰ ਜ਼ਰੂਰ ਡਿclare ਕਰਨਾ ਪਏਗਾ ਪੀਪੀ ਫਾਰਮ ਪੂਰੀ ਤਰ੍ਹਾਂ ਨਾਲ ਭਰਿਆ ਹੋਣਾ ਚਾਹੀਦੀ ਹੈ ਤੇ ਦੋ ਕਾਪੀਆਂ ਜਿਹੜੀਆਂ ਨੇ ਤੇ ਨਾਲ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਅਟੈਚ ਕਰਨੀਆਂ ਹਨ ਜੇ ਸਿੱਤਰਾ ਹੀ ਭਾਰਤੀ ਅਧਿਕਾਰੀਆਂ ਵੱਲੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਪੈਨ ਕਾਰਡ ਵੋਟਰ ਆਈਡੀ ਕਾਰਡ ਤੁਹਾਡੇ ਕੋਲ ਹੋਵੇ ਜਾਂ ਉਸ ਦੀ ਕਾਪੀ ਮੰਗਾ ਕੇ ਤੁਸੀਂ ਉਹ ਵੀ ਨਾਲ ਨੱਥੀ ਕਰ ਸਕਦੇ ਹੋ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਤੁਹਾਡਾ origignal proof ਹੋਵੇ ਜਾਂ ਤੁਹਾਡੀ ਪਰਮਿਸਰ ਜੁਰ ਨੂੰ ਜਿਹੜੇ ਵੀ 6 ਮਹੀਨੇ 9 ਮਹੀਨੇ ਵਾਲੇ ਪੇਪਰਾਂ ਤੇ ਹੁੰਦੇ ਉਹਨਾਂ ਗ ਜਾਂਦੀ ਹੈ ਦੁਆਰਾ ਨਿਊ ਨਹੀਂ ਹੋਈ ਉਹਦੇ ਤੁਸੀਂ ਪ੍ਰੂਫ ਲਗਾ ਸਕਦੇ ਹੋ ਇਹ ਜਾਂ ਤੁਹਾਡੇ ਕੋਲ ਕੋਈ ਕਿਸੇ ਤਰ੍ਹਾਂ ਦਾ ਬਿੱਲ ਹੋਵੇ ਜਾਂ ਕਹਿੰਦਾ ਮਤਲਬ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ ਕਿ ਤੁਸੀਂ ਭਾਰਤੀ ਹੋ ਇਹ ਚੀਜ਼ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੁਣ ਆ ਜਾਂਦਾ ਕਿ ਤੁਸੀਂ ਫੀਸ ਕਿੰਨੀ ਦੇਣੀ ਹੈ ਫੀਸ ਲਈ ਤੁਹਾਨੂੰ ਇੱਕ ਡਿਮਾਂਡ ਡਰਾਫਟ ਬਣਾਉਣਾ ਪਏਗਾ ਉਹ ਜਿਹੜਾ ਕੌਨਸਟੈਂਟ ਜਨਰਲ ਦੇ ਆਫ ਇੰਡੀਆ ਦੇ ਨਾਮ ਤੇ ਬਣੇਗਾ ਔਰ ਜਿਹਨੂੰ ਸੇਨੀਓ ਸਰਕੂਲਰ ਆਪਾਂ ਕਹਿ ਦਿੰਦੇ ਹਾਂ ਇਟਾਲੀਅਨ ਦੇ ਵਿੱਚ ਔਰ ਇਹ ਪੋਸਟ ਆਫਿਸ ਦੇ ਵਿੱਚ ਰਾਮ ਨਾਲ ਬਣ ਜਾਂਦਾ ਕੋਈ ਏਡੀ ਗੱਲ ਨਹੀਂ ਹੈ ਉਹ ਪੋਸਟ ਆਫਿਸ ਵਾਲੇ ਆਪ ਹੀ ਬਣਾ ਦਿੰਦੇ ਹਨ ਤੁਸੀਂ ਉਹਨਾਂ ਨੂੰ ਦੋਸਤੋ ਅਗਰ ਤੁਹਾਡੀ ਐਪਲੀਕੇਸ਼ਨ ਨਾਰਮਲ ਹੈ ਕੋਈ ਉਹਦੇ ਵਿੱਚ ਤਬਦੀਲੀ ਨਹੀਂ ਹੈ ਤੁਹਾਡੀ ਫੋਟੋ 'ਚ ਜਾਂ ਤੁਹਾਡੇ ਕੋਲ ਤੇ ਸਿਰ ਤੁਹਾਡੇ ਲੱਗਣਗੇ 68 ਯੂਰੋ ਜੇ ਤੁਹਾਡੇ ਇੱਕ ਵਿੱਚ ਤਬਦੀਲੀ ਹੈ ਤੁਹਾਡੀ ਫੋਟੋ 'ਚ ਜਾਂ ਕਿਸੇ ਤਰ੍ਹਾਂ ਫਿਰ ਤੁਹਾਨੂੰ ਹਲਫੀਆ ਬਿਆਨ ਵੀ ਦੇਣਾ ਪੈਗਾ ਔਰ ਫਿਰ ਤੁਹਾਨੂੰ ਤੁਹਾਡੇ 87 ਯੂਰੋ ਲੱਗਣਗੇ ਸੋ ਪਿਆਰੇ ਦੋਸਤੋ ਹੁਣ ਗੱਲ ਆ ਜਾਂਦੀ ਹੈ ਕਿ ਜਿੰਨਾ ਬੰਦਿਆਂ ਦਾ ਪਾਸਪੋਰਟ ਗਵਾਚ ਗਿਆ ਹੈ ਪਰ ਉਹਨਾਂ ਦਾ ਕੋਈ ਵੇਰਵਾ ਜਾਂ ਉਹਦੀ ਫੋਟੋ ਕਾਪੀ ਉਹਨਾਂ ਕੋਲ ਹੈਗੀ ਹੈ ਉਸ ਹਾਲਤ ਦੇ ਵਿੱਚ ਆਪਣੀ ਸਾਰੀ ਜਿਹੜੀ ਫੋਟੋ ਕਾਪੀ ਦੇ ਨਾਲ ਰਾਹੀਂ ਸਾਰਾ ਵੇਰਵਾ ਉਹਦੀ ਉਹਦੀ ਹੀ ਅੱਗੂ ਫੋਟੋ ਕਾਪੀ ਕਰਕੇ ਨਾਲ ਲਗਾ ਸਕਦੇ ਹਨ ਉਹਦੇ ਵਿੱਚ ਸਾਰੀ ਉਹਦੀ ਡਿਟੇਲ ਹੋएगी ਪੇਚ ਸਕਦੇ ਹਨ ਔਰ ਫਾਰਮ ਦੇ ਵਿੱਚ ਵੀ ਉਹੀ ਭਰ ਸਕਦੇ ਹਨ ਦੂਸਰਾ ਪੁਲਿਸ ਰਿਪੋਰਟ ਦੀ ਲੋਡ ਹੋਏਗੀ ਤੇ ਔਰ ਪੁਲਿਸ ਰਿਪੋਰਟ ਦੇ ਵਿੱਚ ਆਪਣਾ ਗਵਾਚੇ ਪਾਸਪੋਰਟ ਦਾ ਨੰਬਰ ਲਿਖਾ ਸਕਦੇ ਹਨ ਇਨੂੰ ਆਧਾਰ ਬਣਾ ਕੇ ਤੁਹਾਨੂੰ ਪਾਸਪੋਰਟ ਦਿੱਤਾ ਜਾ ਸਕਦਾ ਹੈ ਇਹ ਜਿਹੜਾ ਗਵਾਚੇ ਹੋਇਆ ਪਾਸਪੋਰਟ ਹੈ ਉਹਨੂੰ ਉਹਨੂੰ ਦੁਬਾਰਾ ਆਪਾਂ ਜਦੋਂ ਪਾਸਪੋਰਟ ਬਣਾਉਣਾ ਉਹਦੇ ਨਾਲ ਇੱਕ ਅਨੇਕਚਰ ਐਫ ਦਾ ਜੋ ਹੈ ਘੋਸ਼ਣਾ ਪੱਤਰ ਹੈ ਉਹਨੂੰ ਆਪਾਂ ਜ਼ਰੂਰ ਫਿਲ ਕਰਨਾ ਹੈ ਬਾਕੀ ਜਿਹੜੀਆਂ ਸ਼ਰਤਾਂ ਨੇ ਉਹ ਨਾਰਮਲ ਹੀ ਪਹਿਲਾਂ ਦੇ ਨਾਰਮਲ ਪਾਸਪੋਰਟ ਜਿਨ੍ਹਾਂ ਵੀ ਤੁਹਾਡੇ ਕੋਲ ਕੋਈ ਪ੍ਰੂਫ ਜ਼ਰੂਰ ਹੋਣਾ ਚਾਹੀਦਾ ਹੈ ਉਸ ਇੰਡੀਆ ਨੂੰ ਔਰ ਜਿਸ ਤਰ੍ਹਾਂ ਤੁਹਾਡੇ ਕੋਲ ਆਧਾਰ ਕਾਰਡ ਪਿੰਨ ਕਾਰਡ ਕਿਸੇ ਤਰ੍ਹਾਂ ਦਾ ਤੁਸੀਂ ਨਾਮ ਲਗਾ ਸਕਦੇ ਜਾਂ ਇੱਥੇ ਦਾ ਕੋਈ ਹੋਵੇ ਹੁਣ ਵੀਰੋ ਗੱਲ ਆ ਜਾਂਦੀ ਹੈ ਕਿ ਜਿੰਨਾ ਪਾਸਪੋਰਟਾਂ ਦੇ ਕੁਝ ਪੇਜ ਖਰਾਬ ਹੋ ਗਏ ਹਨ ਪਾਸਪੋਰਟ ਤੁਹਾਡਾ ਫੋਟੋ ਨਹੀਂ ਦਿਖ ਰਹੀ ਜਾਂ ਕਿਸੇ ਤਰ੍ਹਾਂ ਨਾਲ ਡੈਮੇਜ ਹੋ ਗਿਆ ਖਰਾਬ ਹੋ ਗਿਆ ਉਸ ਹਾਲਤ ਵਿੱਚ ਤੁਸੀਂ ਉਸ ਪਾਸਪੋਰਟ ਦੀ ਜੋ ਤੁਹਾਡੇ ਕੋਲ ਹੈਗਾ ਉਹਦਾ ਹੀ ਆਪਣਾ ਨਾਮ ਪਤਾ ਸਾਰਾ ਉਹਦੀ ਐਪਲੀਕੇਸ਼ਨ ਪਰਣਾ ਉਹਦੀ ਫੋਟੋ ਕਾਪੀ ਨਾਲ ਤੁਸੀਂ ਕਰਾ ਕੇ ਉਹ ਪਾ ਦੇਣੀ ਹੈ ਅੰਬੈਸੀ ਨੂੰ ਨਿਊ ਪ੍ਰਾਨ ਲਈ ਤੇ ਉਹਦੇ ਨਾਲ ਵੀ ਤੁਹਾਨੂੰ ਐਨੈਕਚਰ ਐਫ ਦਾ ਜਿਹੜਾ ਉਹ ਪਰ ਪੜਨਾ ਜ਼ਰੂਰੀ ਹੈ ਕੋਸ਼ਨਾ ਪੱਤਰ ਔਰ ਉਹੀ ਸੇਮ ਜੋ ਪਹਿਲਿਆਂ ਚ ਆਂਦੀ ਬਾਕੀ ਚੀਜ਼ਾਂ ਪਹਿਲੇ ਵਾਲੀਆਂ ਚੱਲ ਪੈਂਦੀਆਂ ਹਨ ਕਿ ਇਹਦੇ ਵਿੱਚ ਵੀ ਇਸ ਕੈਟਾਗਰੀ ਦੇ ਵੀਰਾਂ ਵਿੱਚ ਵੀ ਜੋ ਹੈ 112 ਯੂਰੋ ਹੀ ਲੱਗਣਗੇ ਅਗਰ ਕੋਈ ਤੁਹਾਡੀ ਪਿਕਚਰ ਦੇ ਵਿੱਚ ਜਾਂ ਕਿਸੇ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਕਰੋ ਅਗਰ ਉਹ ਤੁਸੀਂ ਨਾਲ ਇਹ ਵੀ ਹਲਕੀਆ ਬਿਆਨ ਦਿੰਦੇ ਹੋ ਕਿ ਮੇਰੀ ਫੋਟੋ ਦੇ ਵਿੱਚ ਆ ਚੇਂਜ ਹੈ ਜਾਂ ਫਲਾਂ ਕੋਈ ਵੀ ਆਪਣਾ ਐਕਸਟਰਾ ਲਾਂਦੇ ਹੋ ਤੇ ਉਹਦੇ ਲਈ 137 ਯੂਰੋ ਦੀ ਫੀਸ ਹੈ ਜਿਹੜੀ ਉਹ ਲੱਗੇਗੀ ਹੁਣ ਦੋਸਤੋ ਗੱਲ ਆndi ਸਭ ਤੋਂ ਇੰਪੋਰਟੈਂਟ ਕਿ ਜਿੰਨਾ ਬੰਦਿਆਂ ਦਾ ਪਾਸਵਰਡ ਗਵਾਚ ਗਿਆ ਤੇ ਉਹਨਾਂ ਦਾ ਵੇਰਵਾ ਫੋਟੋਕਾਪੀ ਵੀ ਉਹਨਾਂ ਕੋਲ ਨਹੀਂ ਹੈ ਤੇ ਨਾ ਹੀ ਉਹਨਾਂ ਕੋਲ ਪੁਲਿਸ ਰਿਪੋਰਟ ਹੈ ਉਸ ਉਹਨਾਂ ਦੇ ਲਈ ਪਾਰ ਸਰਕਾਰ ਨੇ ਕਿਹਾ ਕਿ ਤੁਸੀਂ ਆਪਣੇ ਇੱਕ ਹਲਫੀਆ ਬਿਆਨ ਲਿਖੋਗੇ ਜਿਸ ਵਿੱਚ ਤੁਸੀਂ ਇਹਨਾਂ ਹਾਲਾਤਾਂ ਦਾ ਜ਼ਿਕਰ ਕਰੋਗੇ ਕਿ ਕਿੱਥੋਂ ਕਦੇ ਕਿਵੇਂ ਗੁੰਮ ਹੋਇਆ ਸੀ ਤੇ ਤੁਸੀਂ ਗੁੰਮ ਹੋ ਜਾਣ ਦੀ ਸਟੇਜ 'ਤੇ ਪੁਲਿਸ ਕੋਲ ਰਿਪੋਰਟ ਕਿਉਂ ਨਹੀਂ ਕੀਤੀ ਇਹ ਸਾਰਾ ਕੁਝ ਤੁਸੀਂ ਜੋ ਲਿਖੋਗੇ ਉਹਦੇ ਨਾਲ ਹੀ ਤੁਸੀਂ ਇੰਡੀਆ ਛੱਡਣ ਦੀ ਔਰ ਇਟਲੀ ਆਉਣ ਦੀ ਤਰੀਕ ਵੀ ਨਾਲ ਜੋੜੀ ਖੋਗੇ ਇਸ ਤੋਂ ਇਲਾਵਾ ਤੁਸੀਂ ਐਨਐਕਚ ਰੈਫ ਜਿਹੜਾ ਫਾਰਮ ਹੈ ਉਹਨੂੰ ਤੁਹਾਨੂੰ ਭਰਨਾ ਪਏਗਾ ਨਿਯੁਕਤ ਰੂਪ 'ਚ ਤਾਂ ਕਿ ਤੁਹਾਡੇ ਜਿਹੜਾ ਨਵੇਂ ਪਾਸਪੋਰਟ ਦੀ ਜੋ ਪ੍ਰੋਸੀਜਰ ਹੈ ਉਹਨੂੰ ਸ਼ੁਰੂ ਕੀਤਾ ਜਾ ਸਕੇ ਬਾਕੀ ਸ਼ਰਤਾਂ ਪਹਿਲੇ ਵਾਲੀਆਂ ਇੱਕ ਚੀਜ਼ ਇੰਪੋਰਟੈਂਟ ਹੈ ਕਿ ਤੁਹਾਡੇ ਕੋਲ ਦੋ ਪ੍ਰੂਫ ਇੰਡੀਆ ਦੇ ਜ਼ਰੂਰ ਹੋਣੇ ਚਾਹੀਦੇ ਹਨ ਉਹ ਮੰਗਾ ਕੇ ਤੁਸੀਂ ਨਾਲ ਨੱਥੀ ਜ਼ਰੂਰ ਕਰਨੇ ਹਨ ਅਜਿਹੇ ਪਾਸਪੋਰਟਾਂ ਲਈ ਵੀ ਅਗਰ ਤੁਹਾਡੀ ਫੋਟੋ ਦੇ ਵਿੱਚ ਕਿਸੇ ਚੀਜ਼ ਵਿੱਚ ਕੋਈ ਤਬਦੀਲੀ ਨਹੀਂ ਹੈ ਤਾਂ 112 ਯੂਰੋ ਲੱਗਣਗੇ ਅਦਰਵਾਈਜ਼ 137 ਯੂਰੋ ਦੀ ਫੀਸ ਜਿਹੜੀ ਉਹ ਜੋ ਤੁਸੀਂ ਉਹ ਡਰਾਫਟ ਭੇਜਣਾ 137 ਯੂਰੋ ਦਾ ਤੁਹਾਨੂੰ ਭੇਜਣਾ ਪਏਗਾ ਸੋ ਵੀਰੋ ਇੱਥੇ ਇੱਕ ਗੱਲ ਬਹੁਤ ਹੀ ਸਪਸ਼ਟ ਰੂਪ ਦੇ ਵਿੱਚ ਇਹ ਦੱਸ ਦਿੱਤੀ ਗਈ ਹੈ ਕਿ ਤੁਸੀਂ ਜਦੋਂ ਇਸ ਸਾਰੇ ਫਾਰਮ ਨੂੰ ਭਰ ਲੈਂਦੇ ਹੋ ਸਾਰੀ ਚੀਜ਼ਾਂ ਭਰ ਲੈਂਦੇ ਹੋ ਉਸ ਦੇ ਬਾਅਦ ਵਿੱਚ ਭਾਰਤ ਸਰਕਾਰ ਵੱਲੋਂ ਅੰਬੈਸੀ ਔਰ ਸੀਜੀ ਮਿਲਾਨ ਇਹਨਾਂ ਸਾਰੀਆਂ ਹੀ ਐਪਲੀਕੇਸ਼ਨ ਦੀ ਉਹ ਕੋ ਕਰਨਗੇ ਔਰ ਕੋਸ਼ਿਸ਼ ਕਰੋ ਤੁਹਾਡੇ ਵੱਲ ਕੋਈ ਗਲਤੀ ਨਾ ਕੀਤੀ ਜਾਵੇ ਜਾਂ ਤੁਹਾਡੇ ਕੋਲ ਕੋਈ ਗਲਤ ਜਾਂ ਝੂਠਾ ਦਸਤਾਵੇਜ਼ ਨਾ ਲਿਆ ਜਾਏ ਕਿਉਂਕਿ ਇਹਦੇ ਨਾਲ ਤੁਹਾਨੂੰ ਪਾਸਵਰਡ ਮਿਲਣ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਜਾਂ ਦੇਰੀ ਹੋ ਸਕਦੀ ਹੈ ਸੋ ਤੁਸੀਂ ਆਪਣੀ ਇਹ ਵੀ ਦੇਖਣਾ ਕਿ ਤੁਹਾਡੇ ਹਸਤਾਖਰ ਸਹੀ ਹੋਣੇ ਚਾਹੀਦੇ ਆ ਤੁਹਾਡੀਆਂ ਫੋਟੋਆਂ ਜਿਹੜੀਆਂ ਨੇ ਉਹ ਸਹੀ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਤੁਹਾਡੀ ਐਪਲੀਕੇਸ਼ਨ ਖਾਰਜ ਨਾ ਹੋ ਜਾਵੇ ਤੇ ਤੁਹਾਨੂੰ ਪਾਸਪੋਰਟ ਲਈ ਦੇਰੀ ਨਾ ਹੋ ਜਾਵੇ ਇਹਨਾਂ ਚੀਜ਼ਾਂ ਜ਼ਰੂਰ ਰੱਖਣਾ ਦੂਸਰਾ ਚੈਕਲਿਸਟ ਨੂੰ ਜ਼ਰੂਰ ਤੁਸੀਂ ਖਿਆਲ ਨਾਲ ਦੇਖਣਾ ਤੇ ਫਾਰਮ ਪਰ ਨਾਲ ਜਿਹੜੇ ਵੀ ਦਸਤਾਵੇਜ਼ ਲਾਉਣੇ ਨੇ ਉਹਨਾਂ ਤੇ ਨਿਸ਼ਾਨ ਲਾਉਣੇ ਜ਼ਰੂਰੀ ਨੇ ਬਾਕੀ ਗੱਲ ਆ ਜਾਂਦੀ ਹੈ ਕਿ ਜਦ ਤੁਸੀਂ ਫਾਰਮ ਪਰਲੇ ਸਾਰਾ ਕੁਝ ਭਰ ਲਿਆ ਉਸ ਦੇ ਉੱਪਰ ਦੋ ਫੋਟੋਆਂ ਵੀ ਲਗਾ ਦਿੱਤੀਆਂ ਇੱਕ ਵਾਧੂ ਫੋਟੋ ਜਿਹੜੀ ਉਹ ਲਫਾਫੇ ਵਿੱਚ ਵੀ ਤੁਸੀਂ ਪਾ ਦੇਣੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿੰਨੇ ਦਸਤਾਵੇਜ਼ ਨੇ ਉਹ ਵੀ ਨਾਲ ਲਗਾ ਦੇਣੇ ਹਨ ਡਰਾਮ ਡਿਮਾਂਡ ਡਰਾਫਟ ਜੋ ਐਸ ਐਨ ਉਹ ਸਰਕੂਲਰ ਉਹ ਕੌਂਸਲਰ ਜਰਨਲ ਆਫ ਇੰਡੀਆ ਦੇ ਨਾਂ ਤੇ ਤੁਸੀਂ ਬਣਾ ਦੇਣਾ ਹੈ ਮੈਂ ਆਪਣੇ ਵੀਰਾਂ ਨੂੰ ਦੱਸਦਾ ਕਿ ਤਾ ਬਾਕੀ ਚ ਚਲੇ ਜਾਓ ਪੋਸਟ ਆਫਿਸ ਚਲੇ ਜਾਓ ਉਹ ਬਿਲਕੁਲ ਆਟੋਮੈਟਿਕਲੀ ਉਹਨਾਂ ਨੂੰ ਦੱਸ ਦਿਓ ਸਿਰਫ ਜਿਹੜੇ ਵੀਰਾਂ ਨੂੰ ਬੋਲੀ ਨਹੀਂ ਆਂਦੀ ਉਹ ਸਿਰਫ ਇਹ ਦਿਖਾ ਸਕਦੇ ਹਨ ਉਹਨਾਂ ਨੇ ਦੇਖ ਕੇ ਹੀ ਤੁਹਾਨੂੰ ਭਰ ਦੇਣਾ ਹੈ ਕਿ ਕਿੰਨੀ ਫੀਸ ਭਰਨੀ ਹੈ ਉਹਨਾਂ ਸਾਰਾ ਕੁਝ ਆਪੇ ਹੀ ਕਰ ਦੇਣਾ ਹੈ ਇਹ ਇੱਕ ਲਫਾਫਾ ਐਡੀਸ਼ਨਲ ਵੀ ਤੁਸੀਂ ਉਸ ਆਪਣੀ ਜਿਹੜੀ ਕਿਟ ਭੇਜਣੀ ਹੈ ਉਹਦੇ ਵਿੱਚ ਪਾਣਾ ਹੈ ਜਿਹਦੇ ਉੱਤੇ ਪਹਿਲਾਂ ਹੀ ਜਿਹੜੀਆਂ ਫਰਾਂਕਾ ਬੋਲੋ ਜਿਹੜੀਆਂ ਉਹ ਲੱਗੀਆਂ ਹੋਣੀਆਂ ਜ਼ਰੂਰੀ ਨੇ ਤਾਂ ਕਿ ਉਹਦੇ ਵਿੱਚ ਤੁਹਾਨੂੰ ਪਾਸਪੋਰਟ ਪਾ ਕੇ ਤੁਹਾਡਾ ਤਿਆਰ ਪਾਸਪੋਰਟ ਕਰਕੇ ਤੁਹਾਡੇ ਐਡਰੈਸ ਦੇ ਉੱਤੇ ਭੇਜ ਦਿੱਤਾ ਜਾਵੇ। ਔਰ ਇਸੇ ਕਰਕੇ ਐਮਬੈਸੀ ਵਾਰ-ਵਾਰ ਕਹਿ ਰਹੀ ਹੈ ਕਿ ਤੁਸੀਂ ਆਪਣਾ ਪਤਾ ਜਿਹੜਾ ਹੈ ਇੱਥੇ ਜਿੱਥੇ ਰਹਿੰਦੇ ਹੋ ਬਿਲਕੁਲ ਸਹੀ ਲਿਖਣਾ ਹੈ ਤਾਂ ਕਿ ਤੁਹਾਨੂੰ ਪਾਸਪੋਰਟ ਜਿਹੜਾ ਹੈ ਤੁਹਾਡੇ ਘਰ ਸਹੀ ਪਤੇ ਦੇ ਉੱਪਰ ਸਹੀ ਟਾਈਮ ਦੇ ਉੱਤੇ ਬਿਨਾਂ ਕਿਸੇ ਦੇਰੀ ਦੇ ਮਿਲ ਸਕੇ। ਸੋ ਇਹ ਡਰਾਫਟ ਡਿਮਾਂਡ ਡਰਾਫਟ ਜੋ ਹੈ ਸੇਨੀਚਰ ਕੁਲਾਰੀ ਇਹ ਬਹੁਤ ਜ਼ਰੂਰੀ ਹੈ ਔਰ ਇਹਦੇ ਵਿੱਚ ਤੁਸੀਂ ਇੱਕ ਲਫਾਫਾ ਹੋਰ ਪਾਣਾ ਹੈ ਇਹ A5 ਸਾਈਜ਼ ਦਾ ਉਹ ਵੀ ਤੁਹਾਨੂੰ ਤਬਾਕੀ ਦੇ ਵਿੱਚੋਂ ਮਿਲ ਸਕਦਾ ਹੈ ਜਾਂ ਕਈ ਪੋਸਟ ਆਫਿਸ ਦੇ ਵਿੱਚੋਂ ਵੀ ਡੰਮੇ ਮਿਲ ਜਾਂਦਾ ਹੈ ਜਿਵੇਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਬਾਕੀਆਂ ਜਾਂ ਦੂਸਰੀਆਂ ਦੁਕਾਨਾਂ ਦੇ ਉੱਤੇ ਵੀ ਇਹ ਚੀਜ਼ਾਂ ਉਪਲਬਧ ਹਨ ਔਰ ਉਹ ਆਟੋਮੈਟਿਕਲੀ DHL ਦੀ ਦੁਕਾਨ ਤੇ ਵੀ ਤੁਸੀਂ ਜਾ ਸਕਦੇ ਹੋ ਉੱਥੋਂ ਵੀ ਤੁਹਾਨੂੰ ਉਹਨਾਂ ਨੇ ਸਿਰਫ ਉਹਨਾਂ ਨੂੰ ਤੁਸੀਂ ਦਿਖਾ ਦੋਗੇ ਕਿ ਐ ਸਿਗਨੇਚਰ ਕੁਲਾਰੇ ਇਹਨਾਂ ਨੂੰ ਦਿਖਾ ਦਿਓ ਇਹ ਵੀਡੀਓ ਦਾ ਜਾਂ ਕਿਸੇ ਤਰ੍ਹਾਂ ਲਿੰਕ ਉਹਨਾਂ ਨੇ ਆਟੋਮੈਟਿਕਲੀ ਤੁਹਾਨੂੰ ਉਹਦੇ ਵਿੱਚ ਪੈਕ ਕਰ ਦੇਣਾ ਹੈ ਉਹ ਲਫਾਫਾ ਉੱਤੇ ਉਹਨਾਂ ਨੇ ਬੋਲੋ ਵੀ ਲਗਾ ਦੇਣੀਆਂ ਹਨ ਮਤਲਬ ਕਿ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਦੁੱਬਦਾ ਉਹਨੂੰ ਉਹਨਾਂ ਨੇ ਕਲੀਅਰ ਕਰ ਦੇਣਾ ਕਿ ਕੋਈ ਸਪੈਲਿੰਗ ਮਿਸਟੇਕ ਜੇ ਉਹ ਕਿਉਂਕਿ ਉਹ ਸਾਰੇ ਪ੍ਰੋਫੈਸ਼ਨਲ ਬੰਦਿਆਂ ਨੂੰ ਉਹਨਾਂ ਦਾ ਰੋਜ਼ ਦਾ ਕੰਮ ਹੈ ਕਹਿੰਦਾ ਮਤਲਬ ਉਸ ਤੋਂ ਬਾਅਦ ਆ ਜਾਂਦਾ ਜਿਹੜਾ ਥੱਲੇ ਵਾਲਾ ਪਤਾ ਹੈ ਉਹ ਬਿਲਕੁਲ ਬਹੁਤ ਉਸ ਪਛਾਣ ਪੱਤਰਾਂ ਦੇ ਵਿੱਚ ਜਿਹੜਾ ਹੈ ਮਿਸਟਰ ਰਜੇਸ਼ ਪਾਟਿਆ ਜੀ ਕਾਨਸਰਟ ਕਾਨਸਟਰਟ ਜਨ ਆਫ ਇੰਡੀਆ ਪਿਆਸਾ ਪਾਉਲੋ ਫੈਰਾਰੀ ਆਉਤੋ ਜੋ 20121 ਮਿਲਾਨ ਬਿਲਕੁਲ ਬਹੁਤ ਵਧੀਆ ਐਡਰੈਸ ਲਿਖਿਆ ਹੈ ਸੋ ਕਹਿੰਦਾ ਮਤਲਬ ਕਿ ਵੀ ਇੱਥੇ ਕੋਈ ਵੀ ਇਮੇ ਦੀ ਚੀਜ਼ ਨਹੀਂ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਕੋਈ ਪਰੇਸ਼ਾਨੀ ਹੋ ਸਕਦੀ ਹੈ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਦਾ ਜਾਵਾਂ ਕਿ ਡਾਕ ਦੁਆਰਾ ਭੇਜਣ ਲਈ ਅਰਜ਼ੀਆਂ ਭੇਜਣ ਲਈ ਤੁਹਾਨੂੰ ਇਹ ਇਹੋ ਜੀ ਦੂਸਰਾ ਉਹਨਾਂ ਕੋਲ ਬਣਾਉਣਾ ਪਏਗਾ ਜਿਸ ਦੇ ਵਿੱਚ ਤੁਸੀਂ ਇੱਕ ਵੱਡਾ ਲਫਾਫਾ ਭੇਜੋਗੇ ਉਹਦੇ ਵਿੱਚ ਇੱਕ ਹੋਰ ਕਮਨਦਤਾ ਲਫਾਫਾ ਭੇਜੋਗੇ ਜਿਹਦਾ ਸਾਈਜ਼ ਜਿਹੜਾ ਉਹ ਬਹੁਤ ਵਧੀਆ ਇੱਥੇ ਲਿਖਿਆ ਪਿਆ ਪਹਿਲਾਂ ਹੀ ਕਿ ਉਸ ਸਾਈਜ਼ ਦਾ ਜੋ ਤੁਹਾਨੂੰ ਹੈ ਉਹ ਚਾਹੀਦਾ ਬੂਸਤਾ ਪ੍ਰੀ ਫਿੰਕਾਤਾ ਪੋਸਟਾ ਰਿਕਮੈਂਡਾਟਾ ਵਾਲਾ ਇਹ ਅਗਰ ਤੁਸੀਂ ਇਹ ਉਹਨਾਂ ਨੂੰ ਵਰਡਿੰਗ ਦਿਖਾਉਂਦੇ ਹੋ ਤੇ ਤੁਹਾਨੂੰ ਆਟੋਮੈਟਿਕਲੀ ਉਹਨਾਂ ਨੇ ਦੱਸ ਦੇਣਾ ਹੈ ਕਿਸ ਤਰ੍ਹਾਂ ਉਹਦੇ ਉੱਤੇ ਜਣੀਆਂ ਵੀ ਸਾਰੀਆਂ ਉਹਨਾਂ ਨੇ ਕੰਪਲੀਟ ਕਰ ਦੇਣ ਐ ਡਰੈਸ ਵੀ ਬਹੁਤ ਵਧੀਆ ਲਿਖਿਆ ਹੈ ਬਿਲਕੁਲ ਸਪਸ਼ਟ ਲਿਖਿਆ ਹੈ ਉਹਦੇ ਉੱਤੇ ਤੁਸੀਂ ਪਾ ਦੇਣਾ ਇਸ ਤੋਂ ਅਗਲੀ ਗੱਲ ਚਾਹੀਦੀ ਹੈ ਕਿ ਤੁਹਾਡੀ ਐਪਲੀਕੇਸ਼ਨ ਅਗਰ ਤੁਸੀਂ ਦੇਖਣਾ ਚਾਹੁੰਦੇ ਤੁਹਾਡੀ ਐਪਲੀਕੇਸ਼ਨ ਦਾ ਸਟੇਟਸ ਕੀ ਹੈ ਕਿਸ ਤਰ੍ਹਾਂ ਔਰ ਉਹਦਾ ਲਿੰਕ ਜਿਹੜਾ ਇਹ ਦੇਖੋ ਬਿਲਕੁਲ ਸਾਫ਼ ਤੌਰ ਤੇ ਪੰਜ ਨੰਬਰ ਦੇ ਵਿੱਚ ਲਿਖਿਆ ਉੱਤੇ ਜਾ ਕੇ ਤੁਸੀਂ ਆਪਣਾ ਜੋ ਸਟੇਟਸ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਐਪਲੀਕੇਸ਼ਨ ਤੇ ਕੀ ਕਾਰਵਾਈ ਹੋ ਰਹੀ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਫਿਰ ਵੀ ਕਿਸੇ ਚੀਜ਼ ਦੀ ਪੁਸ਼ਗਿਸ਼ ਕਰਨਾ ਚਾਹੁੰਦੇ ਹੋ ਤੇ ਦਫ਼ਤਰੀ ਕੰਮਕਾਜ ਵਾਲੇ ਦਿਨਾਂ ਦੇ ਵਿੱਚ ਜੋ ਨੰਬਰ ਹੈ ਉਹ ਦਿੱਤਾ ਗਿਆ ਹੈ 3290884057 3290884057 ਦਾ ਇਹ ਨੰਬਰ ਹੈ 9:30 ਤੋਂ 4:30 ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਉਹ ਅਗਰ ਬਿਲਕੁਲ ਹੀ ਪਰ ਇਹ ਫੋਨ ਤਾਂ ਹੀ ਕਰਨਾ ਹੈ ਅਗਰ ਸਾਨੂੰ ਬਹੁਤ ਐਮਰਜੈਂਸੀ ਹੈ ਜਾਂ ਕਿਸੇ ਤਰ੍ਹਾਂ ਸਾਨੂੰ ਕਿਸੇ ਚੀਜ਼ ਦੀ ਪ੍ਰੋਪਰ ਸਮਝ ਨਹੀਂ ਆਂਦੀ ਔਰ ਸਾਡੇ ਸਾਨੂੰ ਸਾਡੀ ਜੋ ਚੈੱਕ ਨਹੀਂ ਅਸੀਂ ਕਰ ਪਾ ਰਹੇ ਕਿ ਸਾਡੀ ਆਨਲਾਈਨ ਪੋਜੀਸ਼ਨ ਕੀ ਹੈ ਅਦਰਵਾਈਜ਼ ਫਾਲਤੂ ਫੋਨ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਉਹ ਪਹਿਲਾਂ ਹੀ ਸਾਡੇ ਸਾਡੀ ਮਦਦ ਕਰਨ ਦੇ ਲਈ ਦਿਨ ਰਾਤ ਕੰਮ ਕਰ ਰਹੇ ਹਨ ਸੋ ਸਾਨੂੰ ਵੀ ਇੰਨਾ ਕੁ ਕੋਲੈਬੋਰੇਸ਼ਨ ਉਹਨਾਂ ਦੇ ਨਾਲ ਸਹਿਯੋਗ ਜੋ ਹੈ ਦੇਣਾ ਪਏਗਾ ਸੋ ਹੁਣ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਲਿਸਟ ਦੱਸ ਦੇਣਾ ਕਿ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਐਡ ਕਰਨੀਆਂ ਹਨ ਆਨਲਾਈਨ ਫਾਰਮ ਭਰਨਾ ਹੈ ਔਰ ਇਹਦਾ ਪ੍ਰਿੰਟ ਜਿਹੜਾ ਹੈ ਉਹ ਕਰ ਲੈਣਾ ਹੈ ਜਿੱਥੇ ਜਿੱਥੇ ਦਰਸ਼ਤ ਕਰਨ ਦੇ ਲਈ ਕਾਲਮ ਬਣਿਆ ਉਹਨਾਂ ਵਿੱਚ ਦਰਸ਼ਤ ਕਰਦੇ ਨੇ ਹਨ ਫੋਟੋਆਂ ਵਾਲੀਆਂ ਥਾਵਾਂ ਤੇ ਫੋਟੋਆਂ ਲਗਾ ਦੇਣੀਆਂ ਹਨ ਇੱਕ ਫੋਟੋ ਨਾਲ ਜਿਹੜੀ ਹੈ ਉਹ ਵਿੱਚ ਪਾ ਦੇਣੀ ਹੈ ਚੈਕਲਿਸਟ ਦਾ ਪ੍ਰਿੰਟ ਲੈ ਲੈਣਾ ਹੈ ਤੇ ਲਿਫਾਫੇ ਇਹ ਵਿੱਚ ਪਈ ਦਸਤਾਵੇਜ਼ਾਂ ਨੂੰ ਲਿਸਟ ਵਿੱਚ ਟਿਕ ਕਰ ਦੇਣਾ ਹੈ ਇਸ ਦੇ ਨਾਲ ਹੀ ਆਪਣਾ ਨਿਰਧਾਰਿਤ ਪਾਸਪੋਰਟ ਦਾ ਡਿਮਾਂਡ ਡਰਾਫਟ ਜੋ ਤੁਸੀਂ ਸਿਨੀਅਰ ਸਰਕੂਲਰ ਹੈ ਤਾਂ ਬਾਕੀ ਤੂੰ ਜਾਂ ਪੋਸਟ ਆਫਿਸ ਤੋਂ ਬਣਾਓਗੇ ਉਹ ਜਿਹੜਾ ਹੈ ਉਹ ਪਾ ਦੇਣਾ ਹੈ ਨਵਾਂ ਪਾਸਪੋਰਟ ਮੰਗਵਾਉਣ ਲਈ ਤੁਸੀਂ 150 ਤੋਂ 200 ਗ੍ਰਾਮ ਵਾਲਾ ਪਹਿਲਾਂ ਹੀ ਕੀਤਾ ਭੁਗਤਾਨ ਜਿਹੜਾ ਹੈ ਉਹਦੇ ਉੱਤੇ ਪਹਿਲਾਂ ਤੁਸੀਂ ਉਹ ਬੋਲੋ ਲਗਾ ਦੇਣੀ ਹੈ ਨਾ ਸੋ ਨਾਲ ਉੱਤੇ ਐਡਰੈਸ ਵੀ ਲਿਖਿਆ ਹੋਣਾ ਤੁਹਾਡਾ ਤਾਂ ਕਿ ਉਹ ਜਦੋਂ ਤੁਹਾਡਾ ਪਾਸਪੋਰਟ ਤਿਆਰ ਹੋਵੇ ਤਾਂ ਐਮਬੈਸੀ ਤੁਹਾਨੂੰ ਉਹ ਪਾਸਪੋਰਟ ਜਿਹੜਾ ਉੱਥੇ ਭੇਜ ਦੇਵੇ ਪਾਰ ਸਰਕਾਰੇ ਕਾਮਨਾ ਕਰਦੀ ਹੈ ਕਿ ਤੁਸੀਂ ਸਹੀ ਤਰੀਕੇ ਦੇ ਨਾਲ ਏਜੈਂਟਾਂ ਦੇ ਚੁੰਗਲ ਚੋਂ ਨਿਕਲਦੇ ਹੋਏ ਆਪਣਾ ਪਾਸਪੋਰਟ ਔਰ ਆਪਣੀ ਨਿਵਾਸ ਆਗਿਆ ਜਿਹੜੀ ਉਹ ਹਾਸਲ ਕਰਕੇ ਜੋ ਦੇਸ਼ ਦੀ ਤਰੱਕੀ ਦੇ ਵਿੱਚ ਇੰਡੀਆ ਵੀ ਔਰ ਇੱਥੇ ਦੀ ਵੀ ਜੋ ਕਰਮ ਭੂਮੀ ਹੈ ਉਹਦੀ ਤਰੱਕੀ ਦੇ ਵਿੱਚ ਯੋਗਦਾਨ ਪਾਓ ਇਸ ਦੇ ਨਾਲ ਹੀ ਮੈਂ ਮੈਡਮ ਰੀਨਾ ਸੰਦੂਜੀ ਬੈਸਟਰੋ ਫ੍ਰੋਮ ਔਰ ਸੀਜੀਆਈ ਮਿਲਾਨ ਤੋਂ ਸ਼੍ਰੀ ਜਾਰਜ ਬਿਨੋਈ ਜੀ ਮਿਸਟਰ ਰਜੇਸ਼ ਪਾਰਟਿਆ ਜੀ ਕੌਂਸਲਟ ਔਰ ਦੇ ਨਾਲ ਹੀ ਪਾਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਆਪਣੀ ਨਾਗਰਿਕਾਂ ਦੀ ਇੰਨੀ ਸੇਵਾ ਦਿਨ ਰਾਤ ਕਰ ਰਹੇ ਹਨ ਕਿ ਤੁਹਾਡਾ ਇੱਕ ਫਿਊਚਰ ਜਿਹੜਾ ਹੈ ਉਹ ਬਣਾਉਣ ਦੇ ਲਈ ਪਾਰ ਸਰਕਾਰ ਔਰ ਭਾਰਤੀ ਐਮਬੈਸੀ ਪੂਰੀ ਤਰ੍ਹਾਂ ਤਤਪਰ ਹੈ ਇਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਸੋ ਆਸੇ ਵੀਰੋ ਤੁਸੀਂ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਮੇਰਾ ਮਕਸਦ ਹੈ ਕਿ ਇਸ ਵੀਡੀਓ ਨੂੰ ਹਰ ਮੋਬਾਈਲ ਤੱਕ ਪਹੁੰਚਾਇਆ ਜਾਵੇ ਤਾਂ ਜੋ ਜਿੱਥੇ-ਜਿੱਥੇ ਵੀਰ ਹਨ ਉਹ ਆਪਣਾ ਕੰਮ ਆਪਣੀ ਐਪਲੀਕੇਸ਼ਨ ਆਪ ਭਰ ਕੇ ਆਪਣੇ ਦਿੱਤੇ ਪਤੇ ਤੇ ਪਾਸਵਰਡ ਹਾਸਲ ਕਰ ਲੈਣ ਔਰ ਉਸ ਤੋਂ ਬਾਅਦ ਉਹਨੂੰ ਨਿਵਾਸ ਮਾਗੇ ਮਿਲ ਜੇ ਤੇ ਅਸੀਂ ਸਮਝਾਂਗੇ ਕਿ ਭਾਰਤ ਸਰਕਾਰ ਦੀ ਨਾਲ ਨਾਲ ਸਾਡੀ ਵੀ ਜੋ ਹੈ ਫਰਜ਼ ਹੈ ਉਹ ਪੂਰਾ ਹੋ ਗਿਆ ਧੰਨਵਾਦ ਜੀ